ਪ੍ਰਗਟ ਭਾਅ ਜੀ ਮੈਂ ਇਕੱਲਾ ਨਹੀਂ ਜਾਣਾ, ਜਦੋਂ ਹੁਣ ਮੈਂ ਆਇਆ ਜਲੰਧਰ ਤੁਸੀਂ ਮੇਰੇ ਨਾਲ ਚੱਲਿਓ, ਤੁਸੀਂ ਮੈਨੂੰ ਦਿਖਾਓ, ਇਮੀਡੀਏਟਲੀ ਹੱਲ ਹੋਊਗਾ ਸਾਰਾ ਮਸਲਾ। ਵਾਤਾਵਰਨ ਸੰਬੰਧੀ ਪੰਜਾਬ ਸਰਕਾਰ ਜਿਹੜੀ ਹੈ ਬਹੁਤ ਜ਼ਿਆਦਾ ਸਿੰਸੀਅਰ, ਪਹਿਲੀ ਵਾਰ ਹੋ ਰਿਹਾ ਕਿ ਦਰੱਖਤਾਂ ਦੀ ਅਤੇ ਪਾਣੀਆਂ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਦੀਆਂ ਕਿ ਵੋਟਾਂ ਨਹੀਂ ਹੈਗੀਆਂ। ਪੁਰਾਣੀਆਂ ਕੱਸੀਆਂ ਲੱਭ ਕੇ ਪਾਈਪਾਂ ਥੱਲੇ ਦੱਬੇ ਜਾ ਰਹੀਆਂ ਨੇ, ਪੁਰਾਣੇ ਰਜਵਾਹੇ ਜਿਹੜੇ ਲੋਕਾਂ ਨੇ ਬਾਹਲੇ ਸੀ ਉਹ ਲੱਭੇ ਜਾ ਰਹੇ ਨੇ, ਅਤੇ ਇਸ ਵਕਤ ਅਸੀਂ 70 ਤੋਂ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ 'ਚ ਕਾਮਯਾਬ ਹੋਏ ਹਾਂ, ਜੋ ਕਿ 16 ਮਾਰਚ ਜਿਸ ਦਿਨ ਓਥ ਲਈ ਸੀ ਸਪੀਕਰ ਸਾਹਿਬ, ਉਸ ਦਿਨ 21% ਸੀਗੇ। ਮੇਰੇ ਸੈਕਟਰੀ ਬੈਠੇ ਨੇ, ਮੇਰੇ ਸਾਰੇ ਅਫਸਰ ਬੈਠੇ ਨੇ, ਮੈਂ ਡਾਟਾ ਦੇ ਸਕਦਾ ਤੁਹਾਨੂੰ। ਸੋ ਨਾਲ ਦੀ ਨਾਲ ਜਿਸ ਤਰ੍ਹਾਂ ਗੱਲ ਬੁੱਢੇ ਨਾਲੇ ਦੀ ਵੀ ਚੱਲੀ ਹੈ, ਸੈਂਟਰ ਨਾਲ ਰਿਲੇਟਡ ਬਹੁਤ ਵੱਡੀ ਸਕੀਮ ਹੈ। ਪਹਿਲਾਂ ਸ਼ੇਖਾਵਤ ਜੀ ਆਏ, ਮੈਂ ਲੈ ਗਿਆ ਉੱਥੇ, ਹਾਂਜੀ ਇਹ ਤਾਂ ਹੋਣਾ ਚਾਹੀਏ, ਇਹ ਤਾਂ ਹੋਣਾ ਚਾਹੀਏ। ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ। ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਹਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ, ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ 'ਚ ਜਾਂਦਾ ਰਿਹਾ, ਕਿਉਂਕਿ ਇਕੱਲਾ ਲੁਧਿਆਣੇ ਤੋਂ ਨਹੀਂ, ਜਿਹੜਾ ਸਤਲੁਜ ਹੈ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ। ਕਸੂਰ ਵੀ ਉਹਨਾਂ ਨੇ, ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਹਦੇ ਇਹਦੇ ਕਿਨਾਰੇ ਲਾ ਰੱਖੀਆਂ ਨੇ। ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ 'ਚ ਪਾਣੀ ਚਲਾ ਗਿਆ। ਡੂੰਘਾ ਨਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ। ਸੁਨੀਲ ਆਪਣਾ ਜਾਖੜ ਸਾਹਿਬ ਤੁਹਾਡਾ ਇਲਾਕਾ ਹੈ, ਮੈਂ ਪਿੰਡਾਂ ਦੇ ਨਾਂ ਲੈ ਦਿੰਦਾ, ਦੋਨਾਂ ਨਾਨਕਾ, ਤੇਜਾ ਰਹੇਲਾ, ਮਹਾਤਮ ਨਗਰ, ਝੰਗੜ ਭੈਣੀ, ਤੇਜੀ ਵਾਲੀ ਰੇਲੀ, ਰੇਤੇ ਵਾਲੀ ਭੈਣੀ। ਮੈਂ ਇਹਨਾਂ ਸਾਰੇ ਪਿੰਡਾਂ 'ਚ ਜਦੋਂ ਮੈਂ ਰਾਜਨੀਤੀ 'ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਲਕੇ ਲਵਾਉਂਦਾ ਰਿਹਾ। ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਇਕੱਲੀ ਸਰਕਾਰ 'ਚ ਹੀ ਹੋਵਾਂ ਅਤੇ ਮੋਦੀ ਕਰੀਏ। ਉਸ ਵੇਲੇ ਇਹ ਪਿੰਡ 'ਚ ਜਲਾਲਾਬਾਦ 'ਚ ਪੈਂਦੇ ਸੀਗੇ, ਔਰ ਜਲਾਲਾਬਾਦ ਤੋਂ MLA ਕੌਣ ਸੀਗਾ? ਸੁਖਬੀਰ ਸਿੰਘ ਬਾਦਲ। ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ, ਅਤੇ ਸਿਹਤ ਮੰਤਰੀ ਕੌਣ ਸੀ? ਸੁਰਜੀਤ ਸਿੰਘ ਜਿਆਣੀ। ਮਤਲਬ ਸਿਹਤ ਮੰਤਰੀ ਦੇ ਅਤੇ ਡਿਪਟੀ ਮੁੱਖ ਮੰਤਰੀ ਦੇ ਇਲਾਕੇ 'ਚ ਅੱਜ ਜਾ ਕੇ ਦੇਖ ਲਿਓ। ਅੱਜ ਅਸੀਂ ਉੱਥੇ ਹੁਣ ਡੂੰਘੇ ਬੋਰ ਲਵਾ ਰਹੇ ਹਾਂ, ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਛ ਨਹੀਂ ਕਰ ਸਕਦੇ। ਹਰ ਘਰ 'ਚ ਵੀਲ ਚੇਅਰ ਹੈ ਜਨਾਬ, ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ। 6-6 ਸਾਲ ਦੇ, 7-7 ਸਾਲ ਦੇ ਬੱਚਿਆਂ ਦੇ ਬਾਲ ਚਿੱਟੇ ਹੋ ਜਾਂਦੇ ਨੇ। ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਉਠਾਈ ਸੀ। ਆਰਸੈਨਿਕ ਹੈ, ਹੈਵੀ ਮੈਟਲਸ ਨੇ, ਈਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉੱਥੇ ਪਾਣੀ 'ਚ, ਯੂਰੇਨੀਅਮ ਕੋਈ ਕੀਤਾ ਨਹੀਂ ਦਿੰਦਾ। ਕਾਹਦਾ ਪਾਣੀ, ਕਾਹਦਾ ਪੰਜਾਬ ਹੈ, ਕਾਹਦਾ? ਸੋ ਅਸੀਂ ਧਿਆਨ ਦੇ ਲੱਗੇ ਹੋਏ ਹਾਂ। ਪ੍ਰਗਟ ਭਾਅ ਜੀ ਮੈਂ ਇਕੱਲਾ ਨਹੀਂ ਜਾਣਾ, ਜਦੋਂ ਹੁਣ ਮੈਂ ਆਇਆ ਜਲੰਧਰ ਤੁਸੀਂ ਮੇਰੇ ਨਾਲ ਚੱਲਿਓ, ਤੁਸੀਂ ਮੈਨੂੰ ਦਿਖਾਓ, ਇਮੀਡੀਏਟਲੀ ਹੱਲ ਹੋਊਗਾ ਸਾਰਾ ਮਸਲਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੁੱਖ ਮੰਤਰੀ ਸਾਹਿਬ, ਪਾੜਾ ਸਾਹਿਬ।